ਤੇ ਮੋਤਰ ਮੈਰਿਜ ਪੈ ਕਰਦਾ ਸਾਂ, ਬੰਦਾ ਕੇਸ ਹੋ ਜਾਏ, ਬੰਦਾ ਮਤਲਬ ਥਾਣੇ ਤੱਕ ਚਲਾ ਜਾਏ, ਅਦਾਲਤ ਵਿੱਚ ਚਲਾ ਜਾਏ, ਜੱਜ ਨੂੰ ਵੇਖੇ, ਉਹਦੇ ਕੇਸ ਨੂੰ ਵੇਖ ਕੇ ਉਹਨੂੰ ਆਖੇ ਜਾ ਮੈਂ ਤੈਨੂੰ ਉਮਰ ਕੈਦ ਦੀ ਸਜ਼ਾ ਦਿੱਤੀ, ਹੁਣ ਮੁਜਰਮ ਕਟਹਿਰੇ ਵਿੱਚ ਖਲੋ ਕੇ ਮੁਫਤੀ ਸਾਹਿਬ ਪਰੇਸ਼ਾਨੀਆਂ ਦੇ ਤੂਫਾਨ ਉਹਦੇ ਸਿਰ ਤੇ ਨੇ ਮੰਡਲਾ ਰਹੇ ਨੇ, ਸੋਚੀ ਵੀ ਆ ਵੀ ਬਾਕੀ ਦੀ ਜ਼ਿੰਦਗੀ ਹੁਣ ਥਾਣੇ ਦੀਆਂ ਜੇਲ੍ਹ ਦੀਆਂ ਕੱਦਾਂ ਨਾਲ ਟਕਰਾ ਮਾਰ ਮਾਰ ਕੇ ਗੁਜ਼ਰ ਜਾਏਗੀ, ਅਜੇ ਸੋਚ ਵਿਚਾਰ ਵਿੱਚ ਪਿਆ ਹੋਵੇ ਤੇ ਉੱਤੋਂ ਉਹਦੇ ਛੁਡਾਉਣ ਵਾਲਾ ਆ ਜਾਏ, ਜਿਹਨੂੰ ਸਮਝ ਆਈ ਹੋਵੇ ਉਹ ਸਵਾਲ ਆਖੇ, ਜਿਹਨੂੰ ਨਾ ਹੀ ਹੋਵੇ ਨਾਲ ਵਾਲੇ ਕੋਲ ਪੁੱਛ ਲਵੇ ਬਸ਼ਾਰਾ ਕੀ ਆਖਿਆ। ਮੈਂ ਕਿਆ ਕਰਨਾ ਉਸ ਮੁਜਰਮ ਨੂੰ ਜਿਹੜਾ ਮੁਜਰਮ ਉਮਰ ਕੈਦ ਦੀ ਸਜ਼ਾ ਸੁਣ ਕੇ ਬੈਠਾ, ਉਮਰ ਕੈਦ ਦੀ ਸਜ਼ਾ ਸੁਣ ਕੇ ਬੈਠਾ ਸੀ, ਉਹਨੂੰ ਉਹਦੇ ਛੁਡਾਉਣ ਵਾਲਾ ਉੱਤੋਂ ਆ ਜਾਏ, ਤੇ ਮੁਜਰਮ ਨੂੰ ਜਦੋਂ ਪਤਾ ਲੱਗੇ ਵੀ ਮੈਨੂੰ ਛੁਡਾਉਣ ਵਾਲਾ ਆਇਆ, ਤੇ ਮੁਜਰਮ ਨੂੰ ਵੀ ਇਹ ਪਤਾ ਹੋਵੇ ਵੀ ਜਿਹੜਾ ਆਇਆ ਇਹਨੇ ਖਾਲੀ ਨਹੀਂ ਜਾਣਾ, ਮੈਨੂੰ ਲੈ ਕੇ ਜਾਣਾ ਸੂ, ਤੇ ਜੱਜ ਨੂੰ ਵੀ ਇਹ ਪਤਾ ਲੱਗ ਜਾਏ ਵੀ ਜਿਹੜਾ ਆਇਆ ਹੁਣ ਇਹਨੂੰ ਛੁਡਾਉਣ ਦਾ ਮਕਾਮ ਹੀ ਮੇਰੇ ਸਾਹਮਣੇ ਇੰਨਾ, ਮੈਂ ਹੁਣ ਕਰਾਂ ਤੇ ਕੀ ਕਰਾਂ। ਜੱਜ ਉਹਨੂੰ ਵੇਖ ਕੇ ਆਖੇ ਜਾ ਭੱਜ ਜਾ, ਤੈਨੂੰ ਸਜ਼ਾ ਦਿੱਤੀ ਸੀ ਪਰ ਇਹਦੇ ਮੂੰਹ ਨੂੰ ਮੈਂ ਤੈਨੂੰ ਛੱਡ ਦਿੱਤਾ ਹੀ। ਮੈਨੂੰ ਇਮਾਨ ਨਾਲ ਦੱਸੋ ਨਬੀ ਦੇ ਮਿਲਾਦ ਤੇ ਆਉਣ ਵਾਲਿਓ, ਉਹ ਮੁਜਰਮ ਕਟਹਿਰੇ ਚੋਂ ਨਿਕਲੇਗਾ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ, ਲੁੜੀਆਂ ਪਾਉਂਦਾ ਹੋਇਆ, ਭਾਈ ਤੈਨੂੰ ਕੀ ਹੋਇਆ, ਸ਼ਾਹ ਸਾਹਿਬ ਮੈਨੂੰ ਆਜ਼ਾਦੀ ਮਿਲ ਗਈ ਹੈ, ਖੁਸ਼ੀ ਦਾ ਇਜ਼ਹਾਰ ਪਿਆ ਕਰਨਾ ਵਾ, ਅਸਾਂ ਵੀ ਨਬੀ ਪਾਕ ਦੇ ਆਉਣ ਦੀ ਖੁਸ਼ੀ ਇਸ ਵਾਸਤੇ ਮਨਾਉਂਦੇ ਹਾਂ, ਮਦੀਨੇ ਵਾਲਾ ਸਾਨੂੰ ਜਹਨਮ ਤੋਂ ਬਚਾਉਣ ਆ ਗਿਆ ਵੇ, ਜੰਨਤ ਵਿੱਚ ਪਹੁੰਚਾਉਣ ਆ ਗਿਆ ਵੇ। ਇਹ ਮੈਂ ਵੈਸੇ ਤੁਹਾਨੂੰ ਗੱਲ ਸੁਣਾਈਏ, ਤਕਰੀਰ ਨਹੀਂ ਅਜੇ ਸ਼ੁਰੂ ਕੀਤੀ, ਤਵੱਜੋ ਕਰਵਾ ਰਿਹਾ, ਉਹਦੀ ਵਜ੍ਹਾ ਹੈ ਵੀ ਬੰਦਾ ਤਵੱਜੋ ਵੀ ਇਸ ਵਾਸਤੇ ਕਰਾ ਰਿਹਾ ਸਾ ਮੁਫਤੀ ਸਾਹਿਬ, ਅਗਰ ਬੰਦਾ ਘੜਾ ਲੈ ਕੇ ਨਲਕੇ ਕੋਲ ਟੁਰ ਜਾਏ, ਟੂਟੀ ਤੋਂ ਪਰਾਂ ਕਰਕੇ ਧਰ ਦੇਵੇ ਸਾਰਾ ਦਿਨ, ਨਲਕਾ ਗੇੜਦਾ ਰਹਿ ਜਾਏ, ਕਦੀ ਘੜਾ ਭਰੀ ਸਕਦਾ, ਬੋਲੋ ਚੱਜ ਨੂੰ ਰੱਬ ਬੋਲਣ ਦੀ ਤੋਫੀਕ ਦਿੱਤੀ, ਉਹ ਬੋਲੇ ਜਿਹੜਾ ਗੂੰਗਾ ਉਹਦੇ ਵਾਸਤੇ ਦੁਆ ਕਰਾਂਗੇ ਇਨਸ਼ਾਅੱਲਾ। ਐ ਅਗਰ ਬੰਦਾ ਟੂਟੀ ਦੇ ਸਾਹਮਣੇ ਘੜਾ ਨਾ ਰੱਖੇ, ਸਾਈਡ ਤੇ ਰੱਖ ਦੇਵੇ ਭਾਈ ਸ਼ਾਨੀ ਸਾਹਿਬ, ਉਹ ਘੜਾ ਕਦੀ ਭਰੀ ਸਕਦਾ ਨਹੀਂ, ਕੜਾ ਉਹ ਹੀ ਭਰੀਵੇਗਾ ਜਿਹਦਾ ਮੂੰਹ ਟੂਟੀ ਵਾਲੇ ਪਾਸੇ ਹੋਵੇਗਾ। ਮੈਂ ਕਿਹਾ ਸਿਕਰ ਰਸੂਲ ਸੁਣਾਉਣ ਤੋਂ ਪਹਿਲੇ ਪਹਿਲੇ ਇਹਨਾਂ ਦਾ ਸੀਨਾ ਮਦੀਨੇ ਵੱਲ ਤੇ ਕਰ ਲਵਾਂ, ਇਹਨਾਂ ਦੀ ਤਵੱਜੋ ਮਦੀਨੇ ਵੱਲ ਕਰ ਲਵਾਂ, ਫਿਰ ਇਨਸ਼ਾਅੱਲਾ ਨਬੀ ਪਾਕ ਦੇ ਇਸ਼ਕ ਦਾ ਪਾਣੀ ਇਹਨਾਂ ਦੇ ਇਮਾਨ ਵਾਲੇ ਘੜੇ 'ਚ ਪਾ ਕੇ ਇਨਸ਼ਾਅੱਲਾ ਕੜਾ ਇਮਾਨ ਵਾਲਾ ਭਰ। ਹਜ਼ਰਤ ਮੁਹਤਰਮ ਮੈਂ ਅਰਜ਼ ਕਰਨਾ ਆਇਆ ਤੇ ਪਾਕ ਮੁਕਾਈਏ, ਮੁਕਦੀ ਬਾਤ ਲੰਮਾ ਜਿਹਾ ਖਿਤਾਬ ਮੈਂ ਕਰਨਾ ਨਹੀਂ, ਇਨਸ਼ਾਅੱਲਾ ਥੋੜ੍ਹਾ ਜਿਹਾ ਕਰਨਾ ਤੁਹਾਨੂੰ। ਮੈਂ ਮਤਲਬ ਪਹਿਲੀ ਵਾਰੀ ਤੁਸੀਂ ਮਤਲਬ ਮਿਲਾਦ ਪਾਕ ਦੀ ਮਹਿਫਲ ਤੇ ਆਇਓ, ਫਿਰ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਤੰਗ ਹੋ ਕੇ ਜਾਓ, ਫਿਰ ਤੁਸੀਂ ਅੱਗੇ ਮਾਸ਼ਾਅੱਲਾ ਬੜੇ ਤੰਗ ਹੋ ਮਤਲਬ ਬੈਠੇ, ਨਬੀ ਪਾਕ ਦੇ ਜ਼ਿਕਰ ਦੀ ਮਹਿਫਲ ਹੋਵੇ ਤੇ ਬੰਦਾ ਤੰਗ ਹੋ ਜਾਂਦਾ ਹੈ, ਇਹ ਮਤਲਬ ਇਹ ਕੰਜਰ ਆਏ ਹੋ ਤੇ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ, ਸੱਜੇ ਖੱਬੇ ਬੇਲੀ ਬੈਠੇ ਹੁੰਦੇ ਨੇ, ਕਮੀਜ਼ਾਂ ਲਾਹ ਕੇ ਬੈਠੇ ਹੁੰਦੇ ਨੇ, ਇੱਥੇ ਮੈਂ ਮੇਰੇ ਬੇਲੀ ਬੇਲੀ ਵੇਖਿਆ ਉਹ ਜੁੱਤੀ ਪਾ ਕੇ ਬੈਠਾ, ਮੈਂ ਕਿਹਾ ਹੋ ਸਕਦਾ ਕੋਈ ਵਿੱਚ ਇਹਦਾ ਵੀ ਆ ਜਾਵੇ ਜਿਹੜਾ ਸਿਰਗਟ ਲਾ ਕੇ ਬੈਠਾ ਹੋਵੇ, ਜਿਹਨਾਂ ਲੋਕਾਂ ਨੂੰ ਮਹਿਫਲ ਦੇ ਤਕੱਦਸ ਦਾ ਇਲਮ ਕੋਈ ਨਹੀਂ ਵੀ ਮਹਿਫਲ ਹੁੰਦੀ ਹੋਵੇ ਤੇ ਪਤਾ ਹੋਵੇ ਮੈਂ ਨਬੀ ਪਾਕ ਦਾ ਮਕਾਮ ਕੀ ਹੈ ਤੇ ਹਜ਼ੂਰ ਦੀ ਸ਼ਾਨ ਕੀ ਹੈ, ਨਬੀ ਦੇ ਮਹਿਫਲ 'ਚ ਬਾਹਣਾ ਕਿਵੇਂ ਚਾਹੀਦਾ। ਮੈਂ ਅਰਜ਼ ਪਿਆ ਕਰਦਾ ਸਾ ਤਵੱਜੋ ਮੇਰੇ ਜੁਮਲੇ ਵਾਲੇ ਪਾਸੇ, ਐਵੇਂ ਲੰਬੀ ਦੀ ਬਾਤ ਨਾ ਕਰੀਏ, ਫਰਮਾਇਆ ਮਹਬੂਬ ਆਪਣੀ ਜ਼ਬਾਨ ਨਾਲ ਐਲਾਨ ਕਰਦੇ ਹੋ, ਕੁਲ ਹੋ ਅੱਲਾ ਹਦ ਮੈਂ ਰਾਬਿਕਾ, ਮੈਂ ਪੁੱਛਿਆ ਰੱਬੁਲ ਆਲਮੀਨ ਨਬੀ ਬੜੇ ਆਏ ਨੇ, ਰਸੂਲ ਬੜੇ ਆਏ ਨੇ, ਇੱਜ਼ਤਾਂ ਵਾਲੇ ਆਏ ਨੇ, ਅਜ਼ਮਤਾਂ ਵਾਲੇ ਆਏ ਨੇ, ਆਨਾ ਤੇ ਸ਼ਾਨਾ ਵਾਲੇ ਪੈਗੰਬਰ ਆਏ ਨੇ ਰੱਬੁਲ ਆਲਮੀਨ, ਇਹਨਾਂ ਬਾਕੀਆਂ ਪੈਗੰਬਰਾਂ ਨਬੀਆਂ ਤੇ ਜ਼ੋਰ ਨੇ ਜੇ ਦਿੱਤਾ, ਜਿਤਨਾ ਮੇਰੇ ਨਬੀ ਤੇ ਜ਼ੋਰ ਦਿੱਤਾ ਹੈ, ਆਵਾਜ਼ ਕੁਦਰਤ ਆਈ ਮੌਲਵੀ ਬਾਲੀਆਂ ਗੱਲਾਂ ਨਾ ਕਰ, ਉਹਨਾਂ ਨਬੀਆਂ ਮੈਨੂੰ ਤੱਕਿਆ ਨਹੀਂ, ਮੁਹੰਮਦ ਕੋਲੋਂ ਮੈਂ ਲੁਕਿਆ ਨਹੀਂ, ਉਹਨਾਂ ਨਬੀਆਂ ਮੈਨੂੰ ਤੱਕਿਆ ਨਹੀਂ, ਮੁਹੰਮਦ ਕੋਲੋਂ ਮੈਂ ਲੁਕਿਆ ਨਹੀਂ। ਕਿਸੇ ਪੁੱਛਿਆ ਹਜ਼ੂਰ ਨੂੰ ਯਾ ਰਸੂਲਾ ਰੱਬ ਨੂੰ ਵੇਖਿਆ ਜੀ, ਹਜ਼ੂਰ ਮੁਸਕਰਾ ਪਏ, ਫਰਮਾਇਆ ਰਾਏ ਤੋ ਰੱਬੀ ਫੀ ਆਸਾਨੀ ਸੂਰਤ, ਮੈਂ ਸੋਹਣੀ ਸੂਰਤ ਵਿੱਚ ਤੱਕਿਆ। ਕਿਸੇ ਪੁੱਛਿਆ ਯਾ ਰਸੂਲਾ ਅਗਰ ਹੱਕ ਨੂੰ ਵੇਖਣਾ ਹੋਵੇ ਤਾਂ ਕੀ ਕੀਤਾ ਜਾਏ, ਫਰਮਾਇਆ ਮਰ ਰਾਹ ਨਹੀਂ ਫਕਤ ਰਾਲ ਹੱਕ, ਜਿਸ ਹੱਕ ਨੂੰ ਵੇਖਣਾ ਹੈ ਉਹ ਮੈਨੂੰ ਵੇਖੇ ਨਾ, ਜਿਸ ਉਹਨੂੰ ਵੇਖਣਾ ਹੈ ਉਹ ਮੈਨੂੰ ਵੇਖੇ। ਫਰਮਾਇਆ ਮਹਬੂਬਾ ਬਾਕੀਆਂ ਮੈਨੂੰ ਤੱਕਿਆ ਨਹੀਂ, ਮੁਕਦੀ ਬਾਤ ਬਾਕੀਆਂ ਮੈਨੂੰ ਤੱਕਿਆ ਨਹੀਂ, ਮਹਬੂਬਾ ਤੇਰੇ ਕੋਲੋਂ ਮੈਂ ਬੇਨਿਆਜ਼ ਹੋ ਕੇ ਲੁਕਿਆ ਨਹੀਂ ਹਾਂ, ਤੂੰ ਐਲਾਨ ਕਰ ਦੇ ਕੁਲ ਹੋ ਅੱਲਾ ਹਦ ਮੈਂ ਰਾਬਿਕਾਂ। ਅੱਜ ਦੀ ਤਕਰੀਰ ਵੀ ਇਹਨਾਂ ਲਫ਼ਜ਼ਾਂ ਤੋਂ ਸ਼ੁਰੂ ਕਰਨੇ ਆ, ਅੱਲਾ ਸੀ ਤੇ ਇਕੱਲਾ ਸੀ, ਜ਼ਮੀਨ ਨਹੀਂ ਸੀ ਅੱਲਾ ਸੀ, ਅਸਮਾਨ ਨਹੀਂ ਸੀ ਅੱਲਾ ਸੀ, ਲੋ ਨਹੀਂ ਸੀ ਅੱਲਾ ਸੀ, ਕਲਮ ਨਹੀਂ ਸੀ ਅੱਲਾ ਸੀ, ਬਾਬਾ ਆਦਮ ਨਹੀਂ ਸੀ ਅੱਲਾ ਸੀ, ਅੰਮਾ ਹਵਾ ਨਹੀਂ ਸੀ ਅੱਲਾ ਸੀ। ਗੱਲਾਂ ਕਰਨ ਤੇ ਆਵਾਂ 50 ਵੀ 100 ਹੋਰ ਵੀ ਕਰ ਸਕਣਾ, ਮੁਕਦੀ ਬਾਤ ਮੁਕਾਈਏ, 100 ਅਥਰਸਾ ਸਿਰੇ ਤੇ ਗੱਡ, ਤੁਹਾਡਾ ਮੇਰਾ ਨਬੀ ਵੀ ਨਹੀਂ ਸੀ, ਉਹ ਰੱਬ ਅੱਲਾ ਸੀ ਨਾਲੇ ਇਕੱਲਾ ਸੀ, ਉਹ ਅੱਲਾ ਸੀ ਨਾਲੇ। ਬੋਲੋ ਚਾ ਜਿਹਨੇ ਇਕੱਲਾ ਅੱਲਾ ਤੇ ਇਮਾਨ ਰੱਖਿਆ ਹੋਵੇ ਉਹ ਬੋਲੇ, ਜਿਹਨੇ ਦੋ ਤਿੰਨ ਬਣਾਏ ਹੋਣ ਬਿਲਕੁਲ ਨਾ ਬੋਲਿਆ ਜੀ, ਉਹ ਅੱਲਾ ਸੀ ਨਾਲੇ। ਰੱਬੁਲ ਆਲਮੀਨ ਜਦੋਂ ਤੂੰ ਅੱਲਾ ਸੈਂ ਤੇ ਇਕੱਲਾ ਸੈਂ, ਇਲਾਹੁਲ ਆਲਮੀਨ, ਦੁਨੀਆ ਦੀ ਸ਼ੈ ਕੋਨੀ ਸੀ, ਪਰਵਰਤਿਗਾਰ ਆਲਮ
تو اللہ سائیں کلہ سائیں یا اللہ دنیا دی شائع کو نہیں سی الہ العالمین خالق اللہ میزل تسی کی شائع سو آواز قدرت آئی محبوب اعلان کر دیو کن تو کنزل مخفین میں رابی کو چھپیا ہویا خزانہ سا من شوق ہویا میں پہچانیا جاواں میں اللہ واں کلہ واں کوئی ہوئے جڑا منو اللہ آیا کھے کوئی ہوئے جڑا منو اللہ آیا کھے اللہ فرما دن میں علیم سا میں آکھیا کوئی ہوئے گا تے جڑا منو علیم مننے گا میں کریم واں کوئی ہوئے گا تے کریم مننے گا میں قدیر واں کوئی ہوئے گا تے قادر مننے گا میں ستار واں کوئی ہوئے گا تے ستار مننے گا خالق فرما دن من شوق ہویا کوئی ہوئے جڑا میری خاطر تیف دیان لوکاں کلو پتھر کھاویں دند شہید کرا لوے بد دعا نہ دیوے مڑ وی دعا دیوے میں کیا کوئی ہوئے جڑا میری خاطر آگے وچ چھال مار جائے باہر آوے میرے رضا نو مندا اے اللہ فرما دن میں کیا کوئی ہوئے اے جوے جو دے وجود کے کیڑے پوا دیواں کوئی کیڑا زمین تے ڈگے چکے جسم وچ رکھے آکھے برزینا برزا اللہ اگر تیری رضا اے تے میں راضی ہاں اللہ فرما دن میں کیا کوئی ہوئے جدا تڑ کر بلا وچ ہوئے سر نیزے دی نوک تے ہوئے تڑ کر بلا وچ ہوے سر نیزے دی نوک تے ہوے پھر بھی پیا پڑھدا ہوے یاسین والقران الحکیم انک لمن المرسلین اللہ فرماندے دنیا والیو میں کیا کوئی ہوے اے جاوے جدا تڑ کر بلا وچ ہوے سر نیزے دی نوک تے ہوے پھر بھی پیا پڑھدا ہوے کالو انا سمینا قران العجبا فرمایا قرآن دیاں تلاوتاں کردا ہوئے دنیا والے ہو مینوں محبت ہو گئی میں پوچھا رب العالمین تسی فرما دیو میں اللہ ساں کلہ ساں یا اللہ محبت کرن واسطے تو صورت دی لوڑ ہوندی ہے سیرت دی لوڑ ہوندی ہے چہرے دی لوڑ ہوندی ہے بندے دی لوڑ ہوندی ہے جد نال محبت کیتی جائے اودی لوڑ ہوندی ہے پروردگار عالم جدوں تسی اللہ سو کلہ سیں پروردگار عالم یا اللہ تو پروردگار عالم تن محبت کے نال ہو گئی ہے الہ العالمین کسے مولوی نال محبت ہوئی ہے کسے مفتی نال محبت ہوئی ہے کسے حاجی نال محبت ہوئی ہے کسے قاری نال محبت ہوئی ہے آواز قدرت آئی نہ مینوں مولوی نال پیار ہویا ہے نہ مفتی نال پیار ہویا ہے نہ حاجی نال پیار ہویا ہے خالق فرماندے نے فحبب تو ان عرفا من اپنی ذات نال پیار ہو گیا میں اپنی ذات نال پیار ہو گیا وے اللہ فرماتے ہیں میرے بندے تو آنا ہے پیار کرن واسطے صورت دی لوڑی میں تیرا خالق صورتوں پاک ہاں سیرتوں پاک ہاں چہریوں پاک ہاں ہتھوں پاک ہاں زلفوں پاک ہاں بیٹی تو پاک ہاں بیٹے تو پاک ہاں شہر تو پاک ہاں اللہ فرماتے ہیں میرا چہرہ نہیں سی من محبت ہوئی میں ایک چہرے والا بنا لیا ہی میری زلفاں نہیں سن زلفاں والا بنا لیا ہے میری زبان نہیں سی زبان والا بنا لیا ہے میرے ہاتھ نہیں سن ہتھاں والا بنا لیا ہے میری بیٹی نہیں سی بیٹیاں والا بنا لیا ہے میرا شہر نہیں سی شہر والا بنا لیا ہے اپنے لفظاں سمجھان دی خاطر تواڈے ذہن وچ سمان دی خاطر بدل لواں خالق فرما دے میرا چہرہ نہیں سی میں ودوہا دے چہرے والا محمد بنایا ہی زلفاں نہیں سن ولیل دیاں زلفاں والا محمد بنایا ہے میری زبان نہیں سی وما ینتقو عن الہوا دی زبان والا محمد بنایا ہے میری بیٹی نہیں سی میں بیٹیاں والا محمد بنایا ہے لوکو میرا سینہ نہیں سی علم نشرا دے سینے والا محمد بنایا ہے لوکو مکتی بات مکا دیاں میرا شہر کوئی نہیں سی میں رب نیک مدینے والا محمد بنایا ہے اللہ فرما دے میں عاشق بن کے بنایا مدینے والا معشوق بنایا طالب بن کے بنایا مدینے والا مطلوب بنایا محب بن کے بنایا مدینے والا محبوب بنایا رب بن کے بنایا مدینے والا معشوق بنایا طالب بن کے بنایا مدینے والا مطلوب بنایا خالق بن کے بنایا محمد مخلوق وچو اعلیٰ ترین تے افضل بنایا رب آتا ہے میں بنان وچ بے مثال محمد بنن وچ بے مثال میں لاجواب بنایا مدینے والا لاجواب بنیا اے میری قدرت دے کارخانے چ بنن والا شاہکار محمد
इना लाजवाब बनया, इना बेमिसाल बनया, इना प्यारा बनया। खालक फरमाते महबूब इना प्यारा बनया, इना सोना बनया। जे वेखन तो बाद घोड़े का पीर बोलन से मजबूर हो गया, मेरे लिए साहब बोलन से मजबूर हो गया। आप फरमाते सूरत नू मैं जान आखा, इस सूरत नू मैं जान आखा, जाना नी के जाने जहान आखा, सच आखा मैं रब दी शान आखा, जिस शान च शाना सब बनिया। एक और सूर दा गुलाम बोलिया, उन्हें आख्या मेरे लिशा मेरी भी सुन लै, पर मैं तू सुना। उन्हें आख्या पीर मेरे लिशा हसीना जमीला दा मुंह मोड़ दिता, हसीना जमीला मुंह मोड़ दिता, मुहम्मद बना के कलम तोड़ दिता। रब्बा दा मुहम्मद इना लाजवाब बनाया, इना बेमिसाल बनाया, इना प्यारा बनाया, इना प्यारा बनाया। मैं कुदरत दी निगाह जदों बनन वाले शाहकार मुहम्मद ते पाई, इना प्यारा लगा, दुनिया यार दे प्यार दा सदका बना दिता। खालक फरमाते ने दुनिया यार दे प्यार दा सदका बना दिती है। महबूब इना प्यारा लगा, दुनिया यार दा सदका खलक दिती है, दुनिया यार दा सदका बना दिती है। रब्बा दा नबी नाल इना प्यार होया, दुनिया महबूब दे प्यार दा सदका बना छंदी है। सानू है ना नबी पाक नाल प्यार है ना, बोल पो। मैनू पता है माशाल्लाह तुहाडा कसूर नहीं, मैं गया मस्जिद च मैं वेख्या जिहड़ा प्यार है साडा साहब है ही मौलवी आ, ते ओ मतलब ओ जट आ, ते उन्हें लाख रुपया बैंक च जमा कराया, रसीद बोझ च पाई, उस मुंह मदीने वाल करके पे आखे गरीबी आवन नहीं देंदी मदीने या रसूल अल्लाह। पता लगा मदीने वाला रुपया वाले ने मदीने नहीं सदा, मदीने ओ जांदा जिहदे सीने च मदीने वाले की मुहब्बत होवे। या इस तरह कह लो 15 चक दे रहण वाले नबी पाक दे गुलामो, मदीने उहो जांदा है जिन्हों मदीने वाला बुला लवे। रब तुहानू सारयां नू लै जाए। टिल्ली जी आखी आमीन, फिर आख छड्डो। मैं एक जात मुफ्ती साहब आख्या टिल्ली आमीन को आना खे शाह साहब टिल्ली सुहाणिया भी सुनन वाला बेपरवाह है, मत सोहणी गिने रब जुथी अपीस है, मत सोहणी गिने। तो बाद शाह साहब 40-50 हज़ार रुपया लगता है, वो टिकट के पैसे तुहाडा प्यो दे सी। मैं क्या मेरा प्यो ना दे सी, जिस तक मदीने सदना है तेरी शख्सियत नहीं तेरी नीयत वेखनी सी। मैं क्या जिस तक मदीने बुलावना है उस तेरे आवन वाला बिल नहीं वेखना, बल्कि तेरा दिल वेखना है। इहदे दिल विच मेरे यार की मुहब्बत किन्नी सारी है। पर साडा साहब ही आईंदे असी आने सानू मुहब्बत ही आईंदी। आखीदा शाह साहब नबी पाक दे नां तों मैं कुरबान जानी हाँ, आवे बारी नमाज दी तो फिर मुल्तान जानी आ। आओ नमाज का टाइम आ जाए मौलवी बांग दे दे, तबीयत खराब हो जाती, सुते हुए उठ के आखिदा जा मौलवी तेरी रड़ी निकले, चंगी भली नींदर आई सी, नींदर बर्बाद की, जा मेरी बात दुआ शाला सारी उम्र बांगा देंदा मरे, पर जाओ मेरी भी दुआ शाला सारी उम्र नमाजा पढ़ते मरो। ओए आमीन आग छोड़ो मरो, आ चलो जेड़े है वो यही आग छोड़ो, आमीन आग छोड़ो। या अल्लाह जिन्हें उची आमीन आखी मिलाद का वास्ते 5 वक्त का पक्का तो सच्चा नमाजी बना चल पढ़िया। मैं चंगी दुआ की थी, सोहनी दुआ की थी नमाज वास्ते। मैं ये नहीं आख्या या अल्लाह इन्हें खुसरे बखान की इन्हें आदत पा। हाँ तुहाडे पिंड च बड़ी पैड़ी आदत है, बड़ी गंदी रसम है, इन्हू अपने सीनिया चो कढ मदीने वाले की मुहब्बत पा। ये बिल्कुल ये जरा मतलब हिसाब किताब बने है, अगर तेरे सीने च यही मुहब्बत हुई तो मैं साल तेन कबर च लित्र खाने नहीं। नबी पाक की मुहब्बत पा कबर च पिछे जाए मदीने वाला पहले पहुंचे आवे। तेनू अज तक किसे समझाया ही कोई नहीं वे तू की है। किसे अलामा इकबाल नू आख्या हज़रत, उन्हें आख्या तू बंदा नहीं तू कोई फरिश्ता है, तो उन्हें आख्या फरिश्ता मुझको कहने से मेरी तोहीन होती है, मैं मस्जूदे मलैका हूं मुझे इंसान रहने दे। तेरा मकाम की है, तेनू फरिश्ते सजदे करते फिरदे ने, है ते तू अपने आप मकाम नू रोड़ी फिरना, तेरी मर्जी का सौदा है। पर तू भी बैठा है एक घर में बैठा होगा बदबख्त, एक रूड़ी ते बैठा होना है, पर तेरे बाण च तो बाण च बड़ा फर्क है, तेरे बाण ते बाण च बड़ा फर्क है।
ਉਹਦੇ ਤੇ ਫਰਿਸ਼ਤੇ ਰੱਬ ਦੀਆਂ ਲਾਂਤਾਂ ਪੇ ਪਾਉਂਦੇ ਨੇ ਜਿਹੜਾ ਰੂੜੀ ਤੇ ਬਹਿ ਕੇ ਕਿਸੇ ਦੀ ਇੰਤਜ਼ਾਰ ਪਿਆ ਕਰਦਾ ਹੈ। ਇੱਕ ਤੂੰ ਹੈ ਜਿਹੜਾ ਨਬੀ ਦੇ ਮਿਲਾਦ ਵਿੱਚ ਆਇਆ ਬੈਠਾ ਹੈ, ਤੇਰੇ ਤੇ ਰੱਬ ਦੇ ਫਰਿਸ਼ਤੇ ਰਾਮਤਾਂ ਪੇ ਪਾਉਂਦੇ ਨੇ, ਪਰਵਰਦਿਗਾਰ ਆਲਮ ਖੁਸ਼ ਹੋ ਰਹੇ ਨੇ। ਇਹ ਜਾਗ ਰਿਹਾ ਵੀ ਕਿਹੜੀ ਜਾ ਤੇ ਜਾਗ ਰਿਹਾ ਵੀ, ਨਬੀ ਪਾਕ ਦੇ ਜ਼ਿਕਰ ਵਿੱਚ ਜਾਗ ਰਿਹਾ ਵੀ, ਨਬੀ ਪਾਕ ਦੇ ਜ਼ਿਕਰ ਚ। ਤਾਂਹੀਓ ਤੇ ਪੀਰਵਾਰ ਸ਼ਾਹ ਸਾਹਿਬ ਬੋਲੇ, ਆਪ ਫਰਮਾਉਂਦੇ ਰੇ ਰਾਤ ਦਾ ਜਾਗਣਾ ਬਹੁਤ ਮੁਸ਼ਕਲ, ਰਾਤੀ ਜਾਗਦਾ ਯਾਰ ਦਾ ਯਾਰ ਰਾਤੀ, ਯਾ ਜਾਗਦਾ ਇਜਰ ਦੀ ਮਰਜ਼ ਵਾਲਾ, ਯਾ ਜਾਗਦਾ ਸਖਤ ਬਿਮਾਰ ਰਾਤੀ, ਯਾ ਜਾਗਦਾ ਸਨ ਤੇ ਚੋਰ ਰਾਤੀ।